ਚੜ੍ਹ ਫਰੀਦਾ ਕੋਠੇ ਉੱਤੇ ਵੇਖ ਕਰਕਲ ਲੱਗੀ ਅੱਗ ਤੂੰ ਸਮਝੇ ਮੈਂ ਦੁਖੀ ਹਾਂ ਇੱਥੇ ਦੁਖੀ ਸਾਰਾ ਜੱਗ। ਅਸਲਾਮ ਅਲੈਕੁਮ ਭੈਣਾਂ ਅਤੇ ਭਰਾਓ, ਅੱਲਾਹ ਤਾਲਾ ਤੁਹਾਨੂੰ ਅਤੇ ਸਾਨੂੰ ਆਪਣੇ ਹਿਫਜ਼ੋ ਮਾਨ ਵਿੱਚ ਰੱਖੇ ਅਤੇ ਸ਼ੁਰੂ ਕਰਨੀ ਹੈ ਅਸੀਂ ਅੱਜ ਦਾ ਵਲੋਗ। ਇੱਕ ਨੇਕ ਅਤੇ ਪਰਹੇਜ਼ਗਾਰ ਮਾਂ ਆਪਣੇ ਪੁੱਤਰ ਨੂੰ ਨਮਾਜ਼ ਪੜ੍ਹਨ ਦੀ ਤਲਕੀਨ ਕਰਦੀ ਹੈ ਅਤੇ ਪੁੱਤਰ ਚੂੰਕਿ ਛੋਟਾ ਹੁੰਦਾ, ਉਹਦੀ ਉਮਰ 7 ਸਾਲ ਹੁੰਦੀ, ਉਹ ਆਪਣੀ ਮਾਂ ਨੂੰ ਪੁੱਛਦਾ ਕਿ ਮਾਂ ਅਗਰ ਮੈਂ ਨਮਾਜ਼ ਪੜ੍ਹਾਂਗਾ ਤਾਂ ਮੈਨੂੰ ਇਨਾਮ ਵਿੱਚ ਕੀ ਮਿਲੇਗਾ। ਅਤੇ ਮਾਂ ਕਹਿੰਦੀ, ਪੁੱਤਰ ਅਗਰ ਤੂੰ ਨਮਾਜ਼ ਪੜ੍ਹੇਗਾ ਤਾਂ ਤੈਨੂੰ ਅੱਲਾਹ ਤਾਲਾ ਸ਼ੱਕਰ ਇਨਾਮ ਵਿੱਚ ਦੇਣਗੇ। ਪੁੱਤਰ ਬੜਾ ਖੁਸ਼ ਹੁੰਦਾ ਕਿਉਂਕਿ ਉਹਨੂੰ ਸ਼ੱਕਰ ਬੜੀ ਪਸੰਦ ਹੁੰਦੀ, ਉਹ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੰਦਾ। ਮਾਂ ਕੀ ਕਰਦੀ ਕਿ ਉਹਦੇ ਮਸਾਲੇ ਦੇ ਥੱਲੇ ਸ਼ੱਕਰ ਦੀ ਇੱਕ ਪੂੜੀ ਬਣਾ ਕੇ ਰੱਖ ਦਿੰਦੀ ਅਤੇ ਨਮਾਜ਼ ਤੋਂ ਫਾਰਗ ਹੋ ਕੇ ਉਹ ਬੱਚਾ ਫਿਰ ਆਪਣੇ ਮਸਾਲੇ ਦੇ ਥੱਲੋਂ ਸ਼ੱਕਰ ਦੀ ਪੂੜੀ ਕੱਢ ਕੇ ਖਾਂਦਾ ਅਤੇ ਬੜਾ ਖੁਸ਼ ਹੁੰਦਾ। ਇਹ ਸਿਲਸਿਲਾ ਕਾਫੀ ਅਰਸੇ ਤੀਕਰ ਚੱਲਦਾ ਰਹਿੰਦਾ। ਫਿਰ ਇੱਕ ਦਿਨ ਕੀ ਹੁੰਦਾ ਕਿ ਮਾਂ ਬਾਹਰ ਕਿਸੇ ਕੰਮ ਤੋਂ ਗਈ ਹੁੰਦੀ ਅਤੇ ਉਹ ਮਸਾਲੇ ਦੇ ਥੱਲੇ ਆਪਣੇ ਪੁੱਤਰ ਦੇ ਸ਼ੱਕਰ ਦੀ ਪੂੜੀ ਰੱਖਣਾ ਭੁੱਲ ਜਾਂਦੀ ਅਤੇ ਉਹ ਵਾਪਸ ਜਦੋਂ ਆਉਂਦੀ ਹੈ ਬੜੀ ਪਰੇਸ਼ਾਨ ਹੁੰਦੀ ਹੈ ਅਤੇ ਪਰੇਸ਼ਾਨੀ ਦੇ ਆਲਮ ਵਿੱਚ ਆਪਣੇ ਪੁੱਤਰ ਨੂੰ ਪੁੱਛਦੀ, ਪੁੱਤਰ ਤੈਨੂੰ ਸ਼ੱਕਰ ਦੀ ਪੂੜੀ ਲੱਭ ਗਈ ਸੀ ਮਸਾਲੇ ਦੇ ਥੱਲੋਂ? ਅਤੇ ਪੁੱਤਰ ਉਹਨੂੰ ਮਾਂ ਆਪਣੀ ਨੂੰ ਹਾਂ 'ਚ ਜਵਾਬ ਦਿੰਦਾ। ਮਾਂ ਉਸੇ ਵੇਲੇ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਦੀ ਹੈ, ਕਹਿੰਦੀ ਇੱਕ ਤਾਂ ਅੱਲਾਹ ਤਾਲਾ ਨੇ ਉਹਦੀ ਲਾਜ ਰੱਖ ਲਈ, ਦੂਜਾ ਹੈ ਕਿ ਅੱਲਾਹ ਤਾਲਾ ਨੇ ਉਹਦੇ ਪੁੱਤਰ ਨੂੰ ਸ਼ੱਕਰ ਦਾ ਇਨਾਮ ਤੋਂ ਨਵਾਜ਼ਿਆ। ਉਹ ਉਸੇ ਦਿਨ ਤੋਂ ਆਪਣੇ ਪੁੱਤਰ ਨੂੰ ਸ਼ੱਕਰ ਗਾਈ ਦੇ ਨਾਂ ਤੋਂ ਪੁਕਾਰਨਾ ਸ਼ੁਰੂ ਕਰ ਦਿੰਦੀ ਹੈ। ਜੀ ਦੋਸਤੋ, ਮੈਂ ਗੱਲ ਕਰ ਰਿਹਾ ਬਾਬਾ ਫਰੀਦੁੱਦੀਨ ਮਸੂਦ ਗੰਜਸ਼ਕਰ ਦੀ, ਜਿਨ੍ਹਾਂ ਨੂੰ ਦੁਨੀਆ ਬਾਬਾ ਫਰੀਦ ਗੰਜਸ਼ਕਰ ਦੇ ਨਾਮ ਤੋਂ ਜਾਣਦੀ ਹੈ। ਬਾਬਾ ਫਰੀਦ ਦੇ ਦਾਦਾ ਹਜ਼ਰਤ ਕਾਦਰ ਸ਼ੇਖ ਕਾਬਿਲ ਤੋਂ ਹਿਜਰਤ ਕਰਕੇ ਲਾਹੌਰ ਆਏ। ਲਾਹੌਰ ਕੁਝ ਅਰਜ਼ਾ ਰਹਿਣ ਤੋਂ ਬਾਅਦ ਆਪ ਕਸੂਰ ਚਲੇ ਗਏ। ਕਸੂਰ ਦੇ ਕਾਜ਼ੀ ਨੇ ਆਪ ਨੂੰ ਇੱਜ਼ਤ ਦੇ ਨਾਲ ਨਾਲ ਕਾਫੀ ਜ਼ਿਆਦਾ ਜਾਗੀਰ ਤੋਂ ਵੀ ਨਵਾਜ਼ਿਆ। ਹਜ਼ਰਤ ਕਾਦਰ ਸ਼ੇਖ ਦੇ 3 ਬੇਟੇ ਸੀ। ਇੱਕ ਬੇਟੇ ਦਾ ਨਾਮ ਜਮਾਲਉਦੀਨ ਸਲਮਾਨੀ ਸੀ। ਇਹਨਾਂ ਦੀ ਸ਼ਾਦੀ ਇੱਕ ਨੇਕ ਅਤੇ ਦੀਨਦਾਰ ਖਾਤੂਨ ਕੁਰਸਮ ਬੀਬੀ, ਜਿਨ੍ਹਾਂ ਨੂੰ ਅਸੀਂ ਮਰੀਮ ਬੀਬੀ ਦੇ ਨਾਂ ਨਾਲ ਵੀ ਜਾਣਦੇ ਹਾਂ, ਉਹਨਾਂ ਨਾਲ ਹੋਈ। ਇਹਨਾਂ ਦੇ ਇੱਕ ਬੇਟੀ ਦੀ ਪੈਦਾਇਸ਼ ਹੋਈ, ਜਿਨ੍ਹਾਂ ਨੂੰ ਅੱਜ ਦੁਨੀਆ ਬਾਬਾ ਫਰੀਦੁੱਦੀਨ ਮਸੂਦ ਗੰਜਸ਼ਕਰ ਦੇ ਨਾਮ ਨਾਲ ਜਾਣਦੀ ਹੈ। ਬਾਬਾ ਫਰੀਦ ਗੰਜਸ਼ਕਰ ਦੀ ਪੈਦਾਇਸ਼ ਇਸਲਾਮੀ ਤਾਰੀਖ ਦੇ ਮੁਤਾਬਿਕ 29 ਸ਼ਾਬਾਨ 569 ਹਿਜਰੀ ਅਤੇ ਅੰਗਰੇਜ਼ੀ ਤਾਰੀਖ ਦੇ ਮੁਤਾਬਿਕ 1179 ਈਸਵੀ ਨੂੰ ਪੰਜਾਬ ਦੇ ਇੱਕ ਗਾਂਵ ਕੋਠੋਵਾਲ ਵਿੱਚ ਹੋਈ, ਜੋ ਕਿ ਦਰਿਆ ਸਤਲੁਜ ਦੇ ਕਰੀਬ ਵਾਕਿਆ ਹੈ। ਬਾਬਾ ਫਰੀਦ ਜੀ ਨੂੰ ਪੰਜਾਬੀ ਸ਼ਾਇਰੀ ਦਾ ਬਾਨੀ ਵੀ ਕਿਹਾ ਜਾਂਦਾ ਹੈ। ਤੁਹਾਡੀ ਸ਼ਾਇਰੀ ਦੇ ਕਈ ਅਸ਼ਾਰ ਸਿੱਖਾਂ ਦੀ ਮੁਕੱਦਸ ਕਿਤਾਬ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਾਮਿਲ ਕੀਤੇ ਗਏ। ਸਿੱਖਾਂ ਦੇ 5ਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਇਹ ਅਸ਼ਾਰ ਆਦਿ ਗ੍ਰੰਥ ਵਿੱਚ ਆਪਣੇ ਹੱਥੀਂ ਸ਼ਾਮਿਲ ਕੀਤੇ। ਬਾਬਾ ਫਰੀਦ ਜੀ ਦੀ ਵਫਾਤ ਤੋਂ ਬਾਅਦ ਖਾਜਾ ਨਿਜ਼ਾਮੂਦੀਨ ਨੌਲੀਆ ਨੇ ਤੁਹਾਡਾ ਮਜ਼ਾਰ ਤਮੀਰ ਕਰਾਇਆ। ਬਾਬਾ ਫਰੀਦ ਜੀ ਦਾ ਮਜ਼ਾਰ ਤਹਿਸੀਲ ਪਾਕਪਤਨ ਵਿੱਚ ਵਾਕਿਆ ਹੈ। ਪਾਕਪਤਨ ਪੰਜਾਬੀ ਦੇ 2 ਅਲਫਾਜ਼ ਨੇ, ਜਿਨ੍ਹਾਂ ਦਾ ਮਤਲਬ ਹੈ ਦਰਿਆ ਦਾ ਪਾਕ ਕਿਨਾਰਾ। ਤਹਿਸੀਲ ਪਾਕਪਤਨ ਦਰਿਆ ਸਤਲੁਜ ਦੇ ਕਿਨਾਰੇ 'ਤੇ ਵਾਕਿਆ ਹੈ। ਇਹ ਭਾਰਤੀ ਸਰਹੱਦ ਤੋਂ ਤਕਰੀਬਨ 40 ਕਿਲੋਮੀਟਰ ਮਸ਼ਰਕ ਵਿੱਚ ਅਤੇ ਲਾਹੌਰ ਤੋਂ 163 ਕਿਲੋਮੀਟਰ ਜਨੂਬ ਮਗਰਬ ਵਿੱਚ ਵਾਕਿਆ ਹੈ। ਇੰਤਜ਼ਾਮੀ ਤੌਰ 'ਤੇ ਐਸਆਈ ਵਰਲਡ ਡਿਵੀਜ਼ਨ ਜ਼ਿਲ੍ਹਾ ਪਾਕਪਤਨ 'ਚ ਮੌਜੂਦ ਹੈ। ਇਹਦਾ ਪੁਰਾਣਾ ਨਾਂ ਅਯੋਧਨ ਸੀ। ਹਿੰਦੂ ਮਜ਼ਹਬੀ ਕਿਤਾਬਾਂ 'ਚ ਇਸ ਸ਼ਹਿਰ ਦਾ ਜ਼ਿਕਰ 25,000 ਸਾਲ ਪੁਰਾਣੇ ਸ਼ਹਿਰ ਦੇ ਤੌਰ 'ਤੇ ਵੀ ਆਉਂਦਾ ਹੈ। ਇਹਦਾ ਰਕਬਾ ਕੁੱਲ ਜਿਹੜਾ ਹੈ ਉਹ 2,724 ਮੁਰੱਬਾ ਕਿਲੋਮੀਟਰ ਹੈ। ਨਾ ਗਰੀਬ ਵੇਖ ਕੇ ਹੱਸਿਆ ਕਰ, ਨਾ ਬੁਰੀ ਨਜ਼ਰ ਨਾਲ ਤੱਕਿਆ ਕਰ, ਲੋਕਾਂ ਦੇ ਐਬ ਲੱਭਣੇ ਫਰੀਦਾ, ਕਦੀ ਆਪਣੇ ਅੰਦਰ ਵੀ ਤੱਕਿਆ ਕਰ। ਦਰਬਾਰ ਸ਼ਰੀਫ ਦੇ ਅੰਦਰ 2 ਮਜ਼ਾਰ ਮੁਬਾਰਕਾਂ ਨੇ। ਇੱਕ ਬਾਬਾ ਫਰੀਦ ਜੀ ਦਾ ਮਜ਼ਾਰ ਹੈ ਅਤੇ ਦੂਸਰਾ ਤੁਹਾਡੇ ਵੱਡੇ ਪੁੱਤਰ ਬਦਰੁੱਦੀਨ ਸੁਲੇਮਾਨ ਦਾ ਮਜ਼ਾਰ ਹੈ। ਦਰਬਾਰ ਸ਼ਰੀਫ 'ਤੇ ਲੋਕ ਹਜ਼ਾਰਾਂ ਦੀ ਤਾਦਾਦ ਵਿੱਚ ਰੋਜ਼ਾਨਾ ਹਾਜ਼ਰੀ ਦਿੰਦੇ ਨੇ ਅਤੇ ਆਪਣੀ ਖਾਹਿਸ਼ਾਂ ਅਤੇ ਮਸਾਇਲ ਦੇ ਹੱਲ ਲਈ ਦੁਆਵਾਂ ਮੰਗਦੇ ਨੇ। ਜਿਨ੍ਹਾਂ ਦੀਆਂ ਦੁਆਵਾਂ ਕਬੂਲ ਹੋ ਜਾਂਦੀਆਂ ਉਹ ਲੋਕ ਆ ਕੇ ਖਾਣਾ ਤਕਸੀਮ ਕਰਦੇ ਨੇ ਅਤੇ ਪੈਸੇ ਉੱਥੇ ਰੱਖੇ ਗਏ ਡੱਬਿਆਂ 'ਚ ਪਾਉਂਦੇ ਨੇ, ਜਿਹੜਾ ਮਹਿਕਮਾ ਔਕਾਫ ਇਕੱਠਾ ਕਰਕੇ ਮਜ਼ਾਰ ਦੀ ਦੇਖਭਾਲ 'ਤੇ ਖਰਚ ਕਰਦਾ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੱਡ ਕੇ ਸ਼ੀਸ਼ ਮਹਿਲ ਚੱਲਿਆ, ਕੋਈ ਪੱਲਿਆ ਨਾਸ ਅਤੇ ਨਖਰਿਆਂ ਵਿੱਚ, ਕੋਈ ਰੇਤ ਗਰਮ ਦੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਨ ਦਾ, ਕੋਈ ਕਰਕੇ ਮਕਸਦ ਹਲ ਚੱਲਿਆ। ਇੱਥੇ ਹਰ ਕੋਈ ਫਰੀਦ ਮੁਸਾਫਰ ਹੈ, ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ। ਬਾਬਾ ਫਰੀਦ ਜੀ ਦਾ ਮਜ਼ਾਰ ਸਫੈਦ ਮਾਰਬਲ ਦੇ ਪੱਥਰਾਂ ਦਾ ਬਣਿਆ ਹੈ ਅਤੇ ਇਹਦੇ 2 ਦਰਵਾਜ਼ੇ ਨੇ। ਇੱਕ ਮਸ਼ਰਕ ਵਾਲੇ ਪਾਸੇ ਖੁੱਲ੍ਹਦਾ ਹੈ ਜਿਹਨੂੰ ਨੂਰੀ ਦਰਵਾਜ਼ਾ ਕਹਿੰਦੇ ਨੇ ਅਤੇ ਦੂਜਾ ਜਨੂਬ ਵਾਲੇ ਪਾਸੇ ਖੁੱਲ੍ਹਦਾ ਹੈ ਜਿਹਨੂੰ ਬਸ਼ਤੀ ਦਰਵਾਜ਼ਾ ਕਿਹਾ ਜਾਂਦਾ ਹੈ। ਉੱਠ ਫਰੀਦਾ ਸੁੱਤਿਆ, ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਹਰ ਸਾਲ ਬਾਬਾ ਫਰੀਦ ਜੀ ਦਾ ਸਲਾਨਾ ਉਰਸ ਮਨਾਇਆ ਜਾਂਦਾ ਹੈ। ਇਹ ਉਰਸ 25 ਜ਼ਿਲ੍ਹਾ ਹੱਜ ਤੋਂ ਲੈ ਕੇ 10 ਮੁਹਰਮ ਤੀਕਰ ਜਾਰੀ ਰਹਿੰਦਾ ਹੈ।
ਉਸ ਦੇ ਦੌਰਾਨ ਬਸ਼ਤੀ ਦਰਵਾਜ਼ਾ ਖੋਲ੍ਹ ਦਿੱਤਾ ਜਾਂਦਾ ਹੈ ਅਤੇ ਦੂਰ ਦਰਾਜ਼ ਤੋਂ ਆਏ ਲੱਖਾਂ ਦੀ ਤਾਦਾਦ ਵਿੱਚ ਜ਼ਾਇਰੀਨ ਆ ਕੇ ਹਾਜ਼ਰੀ ਦਿੰਦੇ ਨੇ ਅਤੇ ਬਸ਼ਤੀ ਦਰਵਾਜ਼ੇ 'ਚੋਂ ਗੁਜ਼ਰਦੇ ਨੇ। 10 ਮੁਹੱਰਮ ਨੂੰ ਦਰਬਾਰ ਦੇ ਗੱਦੀ ਨਸ਼ੀਨ ਕਿਬਲਾ ਦੀਵਾਨ ਮੌਦੂਦ ਮਸੂਦ ਮਜ਼ਾਰ ਸ਼ਰੀਫ ਨੂੰ ਅਰਕ ਦੇ ਗੁਲਾਬ ਨਾਲ ਗੁਸਲ ਦਿੰਦੇ ਨੇ ਅਤੇ ਗੁਸਲ ਤੋਂ ਬਾਅਦ ਦਰਬਾਰ ਸ਼ਰੀਫ ਨੂੰ 40 ਦਿਨਾਂ ਲਈ ਬੰਦ ਕਰ ਦਿੱਤਾ ਜਾਂਦਾ ਹੈ। ਇਸ ਮਜ਼ਾਰ ਦੀ ਨੁਮਾਇਆ ਖਸੂਸੀਅਤ ਵਿੱਚੋਂ ਇੱਕ ਕੁਆਲੀ ਦੀ ਮਹਿਫਲ ਦਾ ਇਹਤਮਾਮ ਵੀ ਹੈ। ਇਹ ਮਹਿਫਲ ਸੁਬਹਾ ਸ਼ਾਮ ਜਾਰੀ ਰਹਿੰਦੀ ਹੈ। ਖਾਸ ਤੌਰ 'ਤੇ ਹਰ ਜੁਮੇਰਾਤ ਦੀ ਸ਼ਾਮ ਨੂੰ ਮਹਿਫਲ ਸਮਾਂ ਦਾ ਇਹਤਮਾਮ ਕੀਤਾ ਜਾਂਦਾ ਹੈ ਅਤੇ ਮੁਲਕ ਦੇ ਵੱਡੇ ਵੱਡੇ ਕੁਆਲ ਆ ਕੇ ਇੱਥੇ ਮਹਿਫਲ ਦਾ ਹਿੱਸਾ ਬਣਦੇ ਨੇ ਅਤੇ ਜ਼ਾਇਰੀਨ ਦਾ ਰਸ਼ ਵੇਖਣ ਦੇ ਕਾਬਿਲ ਹੁੰਦਾ। ਬਾਬਾ ਫਰੀਦ ਜੀ ਦੇ ਮਜ਼ਾਰ ਵਿੱਚ ਔਰਤਾਂ ਅਤੇ ਮਰਦਾਂ ਨੂੰ ਅਲੈਦਾ ਨਹੀਂ ਕੀਤਾ ਜਾਂਦਾ, ਬਲਕਿ ਔਰਤਾਂ ਲਈ ਦਰਬਾਰ ਦੇ ਅਕਬ ਵਿੱਚ ਥੋੜ੍ਹੀ ਜਿਹੀ ਜਗ੍ਹਾ ਮੁਖਤਸ ਕੀਤੀ ਗਈ ਹੈ ਜਿੱਥੇ ਔਰਤਾਂ ਨਮਾਜ਼ ਪੜ੍ਹਦੀਆਂ ਨੇ ਅਤੇ ਅੱਲਾਹ ਦੀ ਇਬਾਦਤ ਕਰਦੀਆਂ ਨੇ। ਦਰਬਾਰ ਦੇ ਅੰਦਰ ਇੱਕ ਬਹੁਤ ਵੱਡਾ ਲੰਗਰਖਾਨਾ ਵੀ ਬਣਿਆ ਹੈ ਜਿਹਦੇ 'ਚ ਜ਼ਾਇਰੀਨ ਅਤੇ ਮਹਿਕਮਾ ਔਕਾਫ ਦੀ ਤਰਫੋਂ ਸਾਰਾ ਦਿਨ ਲੋਕਾਂ 'ਚ ਲੰਗਰ ਤਕਸੀਮ ਕੀਤਾ ਜਾਂਦਾ ਹੈ। ਮੇਰਾ ਨਾਮ ਖੁਰਸ਼ੀਦ ਗਫੂਰ ਹੈ ਔਰ ਮੈਂ ਇਹਦੇ ਇਧਰ ਐਜ਼ ਅ ਸਕਿਉਰਟੀ ਗਾਰਡ ਹੂੰ, ਮਹਿਕਮਾ ਔਕਾਫ ਕੀ ਖਾਦਮਾ ਹੂੰ। ਬਾਬਾ ਜੀ ਕੀ ਗੁਲਾਮੀ ਕਰ ਰਹੀ ਹੂੰ ਔਰ ਬਾਬਾ ਜੀ ਕੀ ਗੁਲਾਮੀ ਮੈਂ ਆਪਣੀ ਇਬਾਦਤ ਸਮਝਤੀ ਹੂੰ। ਮੇਰਾ ਨਾਮ ਮੁਹੰਮਦ ਰਫੀਕ ਰਜ਼ੀਆ। ਰਜ਼ੀਆ ਆਪ ਯਹਾਂ ਕਬ ਸੇ ਹੈਂ? 5 ਸਾਲ ਸੇ। 16 ਸਾਲ ਸੇ। ਮੈਂ 3 ਜੁਲਾਈ 2003 ਸੇ ਇਧਰ ਤਾਇਨਾਤ ਹੂੰ ਔਰ ਤਬ ਸੇ ਮੈਂ ਆਪਣੀ ਡਿਊਟੀ ਅਹਿਸਨ ਤਰੀਕੇ ਸੇ ਸਰ ਅੰਜਾਮ ਦੇ ਰਹੀ ਹੂੰ। ਜੀ ਆਪ ਕਿਆ ਕਰਤੇ ਹੈਂ? ਸਫਾਈ ਕਾ ਕਾਮ ਕਰਤੇ ਹੈਂ। ਸਫਾਈ ਕਾ ਕਾਮ ਕਰਤੇ ਹੈਂ। हम सिक्योरिटी गार्ड है इधर, लेडीज़ को आगे पीछे करना जी कोई नहीं है, किसी को पता होता तो हम आगे कर देते हैं जी जी, ज़्यारत हो जाती है। आपके कितने बच्चे हैं? मेरे माशाल्लाह 4 बच्चे थे, अब 3 हैं। अब 2 बेटियां हैं, एक बेटा है और एक बेटी मेरी फौत हो गई है, अब उसको 20 दिन हो गए हैं। वो थैलासीमिया की मरीज़ थी। अच्छा, अल्लाह ताला जन्नत फरदौस में जगह दे उन्हें। मेरे 6 बच्चे हैं। आपके मियाँ क्या करते हैं? वो मजदूर है। मियाँ क्या करती हैं? उसकी दुकान है छोटी सी चाय की ढक्की के ऊपर ही। आपकी एजुकेशन कितनी है? मिडिल तक। मिडिल तक है, तो आपने आगे क्यों नहीं एजुकेशन? बस कुछ हालात ऐसे थे, घर के नहीं पढ़ सके आगे। तो मेरी तालीम मास्टर है। अच्छा, मास्टर है। आपकी एम ए अरबी हूँ जी, बेसिक एफ ए जी, और उसके अलावा आलमा फाजला है, शहादत आलमिया है, जो एम ए मास्टर की है जी अरबी में। और आप इधर ड्यूटी कितने बजे से कितने बजे तक आप? हम 8 बजे आते हैं, 4 बजे चले जाते हैं। आप यहाँ आते हैं, लोग आते हैं, आप औरतों को देखती हैं, वो मन्नत के धागे बांधती हैं जी जी, दुआ मांगती हैं, फिर वो आती हैं और मन्नत के धागे खोलती हैं, क्या उनकी दुआ कबूल होती है यहाँ पे? वो जिसने धागा बांधा होता है वो आके खोलती है। हमने तो जब से देखा है लोग आते हैं, अपनी मुरादें लेके आते हैं और धागा खोलते हैं, खुशी से आते हैं और खुश खुश जाते हैं। बिल्कुल उनकी दुआ कबूल करती है। बिल्कुल, वलियों के दर पे जाएं तो ज़रूर दुआ कबूल होती है, वलियों से तो बड़ा फैज़ मिलता है जी। यहाँ से मुश्किलें आसान होती हैं, आसानियाँ पैदा होती हैं, मुश्किलें दूर होती हैं, वलियों के दर से बहुत फैज़ मिलता है। अल्लाह ताला कबूल करती हैं दुआ जी? बिल्कुल करते हैं, वसीला बनता है यहाँ जी, वलियों का वसीला बनता है जी। बिल्कुल बिल्कुल, यहाँ सुकून भी, एक रूहानी सुकून भी है, मिलता है, इसलिए हम यहीं सफाई करना हमारा फख्र महसूस करते हैं हम। वेख फरीदा मिट्टी खुली, मिट्टी उत्ते मिट्टी डुली, मिट्टी हसे मिट्टी रोवे, अंत मिट्टी दा मिट्टी होवे, ना कर बंदिया मेरी मेरी, ना तेरी ना मेरी, 4 दिना दा मेला दुनिया, फिर मिट्टी दी टेरी, ना कर इत्थे हेरा फेरी, मिट्टी नाल ना धोखा कर तू, तू भी मिट्टी ओ भी मिट्टी, जात पात दी गल ना कर तू, जात भी मिट्टी तू भी मिट्टी, जात सिर्फ खुदा दी उच्ची,
बाकी सब कुछ मिट्टी मिट्टी, जात सिर्फ खुदा दी उच्ची, बाकी सब कुछ मिट्टी मिट्टी।